ਮੋਗਾ ਦੇ ਬੋਹਨਾ ਚੌਕ ਵਿੱਚ ਉਸ ਸਮੇਂ ਡਰ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਲੋਕਾਂ ਦੇ ਘਰਾਂ ਦੇ ਕੋਲੋਂ ਗੁਜਰਦੀ 3000 ਵਾਟ ਦੀ ਤਾਰਾਂ ਤੇਜ਼ ਹਵਾਵਾਂ ਕਾਰਨ ਘਰਾਂ ਦੀ ਕੰਧਾਂ ਨਾਲ ਟਕਰਾਈਆਂ, ਜਿਸ ਦੇ ਕਾਰਨ ਅਚਾਨਕ ਇੱਕ ਵੱਡਾ ਧਮਾਕਾ ਹੋਇਆ ਜਿਸ ਕਾਰਨ ਘਰ ਦਾ ਲੈਂਟਰ ਫਟ ਗਿਆ ਅਤੇ 15 ਤੋਂ 20 ਘਰਾਂ ਦੇ ਟੀਵੀ ਅਤੇ ਫਰਿੱਜ ਸੜ ਗਏ। ਜ਼ਿਕਰਯੋਗ ਹੈ ਕਿ ਇਸ ਰਿਹਾਇਸ਼ੀ ਇਲਾਕੇ ਗੰਗਾਨਗਰ ਵਿੱਚ 1 ਸੈਕਿੰਡ ਵਿੱਚ 1,32,000 ਮੈਗਾਵਾਟ ਬਿਜਲੀ ਗੁਜਰਦੀ ਹੈ ਅਤੇ ਇਹ ਬਿਜਲੀ 10 ਫੁੱਟ ਦੀ ਦੂਰੀ ਤੋਂ ਹੀ ਇਨਸਾਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗਰਮੀ ਦੇ ਮੌਸਮ ਵਿੱਚ ਇਹ ਤਾਰਾਂ ਢੀਲੀਆਂ ਪੈ ਗਈਆਂ ਨੇ ਜਿਸ ਕਾਰਨ ਇਹ ਹੇਠਾਂ ਨੂੰ ਝੁਕ ਗਈਆਂ, ਜਿਸ ਕਾਰਨ ਇਹ ਇੰਨਾ ਵੱਡਾ ਹਾਦਸਾ ਵਾਪਰ ਗਿਆ ਜਿਸ ਉੱਤੇ ਬਿਜਲੀ ਵਿਭਾਗ ਨੇ ਕੋਈ ਧਿਆਨ ਨਹੀਂ ਦਿੱਤਾ।